बिजली विभाग वालों हलका खन्ना के पिंड मेहंदीपुर के एक गरीब परिवार के घर का बिजली कनैक्शन कट्टन का मामला अखबारों दीयां सुर्खियां बनने उपरंत लोगों के विच चर्चा का विषय बन गया। समाज सेवक गुरदीप सिंह काली वालों मुद्दा चुकन उपरंत आम आदमी पार्टी की आला आगू अनमोल गगन मान इस लोड़बंद परिवार के घर पुजी और सोलर सिस्टम लवाया। इस गरीब परिवार के घर इस तरह 5 साल बाद रोशनी आई। अनमोल गगन मान ने कहा कि समाज लिए बड़ी शर्मनाक की गल है कि पिंड जा हाकम धिर ने गरीब परिवार की सार नहीं ली। इस दे नाल ही उन्होंने कहा कि आम आदमी पार्टी की सूबा विच सरकार बनन उपरंत दिल्ली की तर्ज उते हर लोड़बंद की बांह फड़ी जाएगी। ਪੰਜਾਬ ਮੰਗਦਾ ਜਵਾਬ 15ਵਾਂ ਆਪਾਂ ਨੂੰ ਜਿਹੜੇ ਗਵਰਨਮੈਂਟ ਸਾਡੇ ਕਾਲਜਿਸ ਨੇ ਮੈਡੀਕਲ ਕਾਲਜਿਸ ਐਂਡ ਯੋਰ ਟਰਸ਼ਰੀ ਸੈਕਟਰ ਹਸਪੀਟਲ ਉਹਨਾਂ ਨੂੰ ਸਾਨੂੰ ਉੱਥੇ ਟੋਟਲ ਉਹਨਾਂ ਦੀ ਸਪੋਰਟ ਕਰਨੀ ਪਊ। ਵੀਲ ਹੈਵ ਟੂ ਗਿਵ ਦਮ ਫੰਡਿੰਗ ਨਵੀਂ ਇਕਵਿਪਮੈਂਟ ਵਾਸਤੇ ਬੈਟਰ ਡਾਕਟਰਸ ਸੁਪਰ ਸਪੈਸ਼ਲਿਟੀਜ਼ ਤਾਂ ਕਿ ਉਹ ਜਿਹੜੇ ਹਸਪੀਟਲਸ ਨੇ ਉਹਨਾਂ ਦੇ ਵਿੱਚ ਸਾਡੇ ਗਰੀਬ ਬੰਦੇ ਜਾ ਕੇ ਆਪਣਾ ਇਲਾਜ ਕਰਵਾ ਸਕਣ। ਕੀ ਮੈਡੀਕਲ ਖੇਤਰ 'ਚ ਹੋਇਆ ਸੁਧਾਰ? ਪੰਜਾਬ ਮੰਗਦਾ ਜਵਾਬ। ਪਿੰਡ ਦੇ ਵਿੱਚ ਖੜੇ ਆ, ਪਰਿਵਾਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਵੀ ਕਿਵੇਂ ਆ। 2 ਮੱਝਾਂ ਨੇ ਤੇ 5 ਸਾਲ ਦੀ ਇਸ ਘਰ ਦੇ ਵਿੱਚ ਬਿਜਲੀ ਨਹੀਂ ਆਈ। ਸਪੋਰਟ ਵੇਖੀ ਸੀ, ਕਵਰੇਜ ਕੀਤੀ ਗਈ ਇਸ ਪਰਿਵਾਰ ਦੀ ਤੇ ਉੱਥੋਂ ਮੁੱਦੇ ਦਾ ਪਤਾ ਲੱਗਾ ਤੇ ਅਸੀਂ ਅੱਜ ਕਹਿ ਲਓ ਕਿ ਪਰਿਵਾਰ ਦੇ ਨਾਲ ਅਸੀਂ ਕਰਨ ਵਾਲਾ ਬਈ ਬੰਦਾ ਕੁਛ ਵੀ ਨਹੀਂ ਆ ਕਰਨ ਵਾਲਾ, ਨਾ ਕੁਛ ਦੁਨੀਆ 'ਤੇ ਲੈ ਕੇ ਆਉਂਦਾ ਅਤੇ ਨਾ ਲੈ ਕੇ ਜਾਂਦਾ। ਪਰ ਸਾਰੇ ਇਨਸਾਨਾਂ ਦਾ ਹਰ ਇੱਕ ਚੀਜ਼ ਉੱਤੇ 21ਵੀਂ ਸਦੀ ਆ, ਬਿਜਲੀ ਉੱਤੇ ਕਿਸ ਦਾ ਹੱਕ ਨਹੀਂ? ਟੱਬਰ 5 ਸਾਲਾਂ ਦਾ ਹਨੇਰੇ 'ਚ ਰਹਿ ਰਿਹਾ ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਦੇ ਮੈਂ ਪੰਜਾਬ ਦੀ ਸਰਕਾਰ ਲੋਕਾਂ ਦੇ ਮੁਨਸ਼ੀ ਤੋਂ ਇਹ ਪੁੱਛਣਾ ਚਾਹੁੰਦੀ ਹਾਂ, ਲੋਕ ਜਿਨ੍ਹਾਂ ਨੂੰ ਟੈਕਸ ਦੇ ਕੇ ਪੈਸਾ ਦਿੰਦੇ ਨੇ, ਕਿ ਤੁਹਾਡੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਕਈ ਪਰਿਵਾਰ ਐਸੇ ਨੇ ਜਿਹੜੇ 5-5 ਸਾਲਾਂ ਦੀ ਬਿਜਲੀ ਨਸੀਬ ਨਹੀਂ ਹੋਈ ਅਤੇ ਤੁਹਾਡੇ ਜੇਈ ਉਹਨਾਂ 'ਤੇ 2.5-2.5 ਲੱਖ ਦਾ ਜੁਰਮਾਨਾ ਪਾ ਰਹੇ ਨੇ ਜੇ ਉਹ ਨਹੀਂ ਭਰਦੇ ਆਪਣਾ ਮੀਟਰ ਦਾ ਬਿੱਲ ਅਤੇ ਮੀਟਰ ਕੱਟ ਕੇ ਲੈ ਜਾਂਦੇ ਆ। ਇਨਸਾਨੀਅਤ ਤੋਂ ਉੱਪਰ ਹੁਣ ਕਾਨੂੰਨ ਹੋ ਗਿਆ ਜਾਂ ਇਨਸਾਨੀਅਤ ਤੋਂ ਉੱਪਰ ਹੁਣ ਤੁਹਾਡੀ ਰਾਜਨੀਤੀ ਹੋ ਗਈ? ਹਰ ਚੀਜ਼ ਵੋਟਾਂ ਲਈ ਕਰੀਦੀ ਹੈ ਕਿ ਜਿੱਥੋਂ ਵੋਟ ਮਿਲੂਗੀ। ਇਹ ਪਰਿਵਾਰ ਤੁਸੀਂ ਵੇਖ ਲਿਆ ਵੀ 3 ਜੀ ਨੇ, ਬੱਚਾ ਸਰੀਰਕ ਤੌਰ 'ਤੇ ਸਹੀ ਨਹੀਂ ਆ, ਉਹਨਾਂ ਦੇ ਫਾਦਰ ਸਾਹਿਬ 5 ਸਾਲਾਂ ਦੇ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਨੇ ਕਿ ਮੇਰੇ ਘਰ 'ਚੋਂ ਹਨੇਰਾ ਹੋ ਗਿਆ, ਮੱਝਾਂ ਨੂੰ ਹਨੇਰੇ 'ਚ ਪਾਲਦੇ ਆ, ਛੋਟਾ ਜਿਹਾ ਘਰ ਆ, ਜਵਾਕ ਨੂੰ ਰਾਤ ਨੂੰ ਪੱਖੀ ਦੀ ਝੱਲ ਮਾਰ ਮਾਰ ਸਵਾਉਂਦੇ ਆ, ਉਹਨੂੰ ਬੱਚਾ ਸੌਂਦਾ ਨਹੀਂ ਆ, ਉਹਨੂੰ ਪੱਖਾ ਚਾਹੀਦਾ, ਉਹਨੂੰ ਵੀ ਗਵਾਂਢੀਆਂ ਦੇ ਬੱਚਿਆਂ ਵਾਂਗੂ ਬਿਜਲੀ ਚਾਹੀਦੀ ਆ, ਉਹਨੂੰ ਵੀ ਚਾਹ ਹੈ, ਮਾਂ ਦੀਆਂ ਅੱਖਾਂ ਦੇ ਹੰਝੂ ਨਹੀਂ ਦੇਖੇ ਜਦੋਂ ਮੀਟਰ ਪੱਟਿਆ ਸੀ। ਮੈਂ ਕਹਿੰਦੀ ਵੀ ਐਸੇ ਐਡੀ ਵੱਡੀ ਪੰਜਾਬੀ ਕੌਮ ਆ, ਪੰਜਾਬੀ ਕੌਮ ਉੱਤੇ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ, ਦਾਗ ਲਾਉਣ ਵਾਲੀ ਗੱਲ ਆ। ਕਾਲਜਾਂ ਨਿਕਲ ਕੇ ਬਾਹਰ ਆਇਆ ਜਦੋਂ ਵੀਡੀਓ ਵੇਖੀ ਅਸੀਂ, ਸੋ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਦੀ ਕਵਰੇਜ ਕੀਤੀ, ਮਾਤਾ ਨੂੰ ਦਿਖਾਇਆ, ਕਿਉਂਕਿ ਜਦੋਂ ਮੁੱਦਾ ਬਾਈ ਜੀ ਬਾਹਰ ਆਉਂਦਾ ਤਾਂ ਬਹੁਤ ਲੋਕ ਅੱਗੇ ਉਹਨੂੰ ਤਿਆਰ ਹੋ ਜਾਂਦੇ ਆ। ਮੈਂ ਕਹਿੰਦੀ ਵੀ ਆਪਣੇ ਪਿੰਡਾਂ 'ਚ ਇਹੋ ਜਿਹੇ ਲੋਕ ਵੇਖੋ, ਏਕਾ ਕਰੋ, ਜਦੋਂ ਇੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਮੀਟਰ ਪੱਟਦੇ ਆ, ਸਾਰਾ ਪਿੰਡ ਇਕੱਠੇ ਹੋ, ਤੁਹਾਨੂੰ ਅੱਡ ਅੱਡ ਕਰਕੇ ਅਤੇ ਇਹਨਾਂ ਨੇ ਤੋੜਿਆ, ਜੇ ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਮਾਤਾ ਦੇ ਹੱਕ 'ਚ ਖੜਦੇ ਹੋ ਤੇ ਮਜਾਲ ਨਹੀਂ ਆ ਵੀ ਇਹਨਾਂ ਦਾ ਮੀਟਰ ਪੱਟਿਆ ਜਾਊਗਾ। ਬਾਕੀ ਮੈਡਮ ਜੀ ਤੁਹਾਡਾ ਸਵਾਲ, ਇੱਕ ਸਵਾਲ ਆ ਗਿਆ, ਪਿੰਡ ਦੀ ਮੁੱਢਲੀ ਕਈ ਸਰਪੰਚ ਆ, ਪੰਚਾਇਤ ਆ, ਉਹਦੇ ਵੱਲੋਂ ਕੋਈ ਸਪੋਰਟ ਨਹੀਂ ਕੀਤੀ ਗਈ? ਦੇਖੋ ਮੈਂ ਉਹੀ ਗੱਲ ਕਹਿ ਰਹੀ ਹਾਂ ਵੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ, ਮੈਨੂੰ ਨਹੀਂ ਪਤਾ ਵੀ ਕਿਹੜੀਆਂ ਪਾਰਟੀਆਂ ਨੂੰ ਇਹ ਬਿਲੋਂਗ ਕਰਦੇ ਨੇ, ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੰਮ ਕਰੋ। ਤੁਹਾਡੇ ਆਪਣੇ ਪਿੰਡ ਦੇ ਲੋਕ ਨੇ, ਜੇ ਤੁਸੀਂ ਇਕੱਠੇ ਹੋਵੋਗੇ ਤਾਂ ਸਰਕਾਰਾਂ ਤੁਹਾਡਾ ਕੁਛ ਨਹੀਂ ਹਿਲਾ ਸਕਦੀਆਂ, ਤੁਹਾਨੂੰ ਨਹੀਂ ਕੁਛ ਕਹਿ ਸਕਦੀਆਂ। ਅਤੇ ਜਿੰਨੇ ਵੀ ਮੈਂ ਪੰਜਾਬ 'ਚ ਬੇਨਤੀ ਕਰਦੀ ਵੀ ਐਸੇ ਹੋਰ ਵੀ ਬਹੁਤ ਘਰ ਨੇ, ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਸਵੰਧ ਕੱਢਣਾ ਸਿਖਾਇਆ, ਕੁਛ ਫਰਕ ਨਹੀਂ ਪੈਂਦਾ। ਜਿਹੜਾ ਬੰਦਾ ਮਾੜਾ ਮੋਟਾ ਦਸਵੰਧ ਆਪਣਾ ਕੱਢ ਕੇ ਕਿਸੇ ਦੀ ਸੇਵਾ ਕਰ ਸਕਦਾ, ਦੁਨੀਆ ਉੱਤੇ ਕਿਸੇ ਦੀ ਦੁਆ ਲੈਣ ਨਾਲ ਵਾਹਿਗੁਰੂ ਜ਼ਰੂਰ ਕਬੂਲ ਕਰਦਾ ਉਸ ਚੀਜ਼ ਨੂੰ। ਜ਼ਰੂਰ ਜ਼ਿੰਦਗੀ 'ਚ ਇੱਕ ਵਾਰੀ ਕਿਸੇ ਦੀ ਮਦਦ ਕਰਕੇ ਜਾਓ, ਕਿਸੇ ਦੀ ਜ਼ਿੰਦਗੀ ਸੁਧਾਰ ਕੇ ਜਾਓ। ਦੂਰ ਰਹਿਣਾ ਚਾਹੀਦਾ, ਥੋੜ੍ਹਾ ਟਾਈਮ ਖੜ੍ਹ ਜਾਓ, ਕੁਛ ਮਹੀਨੇ ਰਹਿ ਗਏ, ਸਾਲ ਰਹਿ ਗਿਆ, ਸਾਡੀ ਸਰਕਾਰ ਆਉਂਦੀ ਆਮ ਆਦਮੀ ਪਾਰਟੀ ਦੀ, ਸਾਰਾ ਕੁਛ ਕਰਾਂਗੇ, ਹਰ ਇੱਕ ਚੀਜ਼ ਕਰਕੇ ਦੇਵਾਂਗੇ, ਕਿਸੇ ਨੂੰ ਬਿਜਲੀ ਦੀ ਕਿੱਲਤ ਨਹੀਂ ਆਊਗੀ। ਕੋਈ ਗਰੀਬ ਇਸ ਤਰੀਕੇ 5 ਸਾਲ ਬੱਲਬ ਤੋਂ ਬਿਨਾਂ, ਰੋਸ਼ਨੀ ਤੋਂ ਬਿਨਾਂ ਨਹੀਂ ਤਰਸੂਗਾ, ਦੀਵੇ ਬਾਲ ਕੇ ਮਾਤਾ ਨੇ 5 ਸਾਲ ਕੱਢੇ ਨੇ। ਮੈਡਮ ਜਿੱਦਾਂ ਕਿ ਬਿਜਲੀ ਅੰਦੋਲਨ ਆਮ ਆਦਮੀ ਪਾਰਟੀ ਵੱਲੋਂ ਚਲਾਇਆ ਗਿਆ ਸੀ, ਤੁਹਾਡੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੱਕ ਨਹੀਂ ਇੱਥੇ ਪਹੁੰਚੇ, ਤੁਸੀਂ ਤੁਹਾਡੀ ਦੂਰ ਤੋਂ ਆ ਗਏ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਬਾਈ ਜੀ ਗੱਲ ਇਹ ਆ ਵੀ
ਅਸੀਂ ਆ ਗਏ ਆ ਨਾ ਵੱਡੀ ਗੱਲ ਇਹ ਆ ਵੀ ਹਰ ਚੀਜ਼ ਉੱਤੇ ਜੇ ਅਸੀਂ ਸਿਆਸਤ ਵਾਲੇ ਅੱਜ ਮੈਨੂੰ ਨਹੀਂ ਲੱਗਦਾ ਵੀ ਉਹ ਰਾਜਨੀਤੀ ਵਾਲੇ ਸਵਾਲ ਚੱਕਣ ਦਾ ਵੇਲਾ ਜੇ ਅੱਜ ਅਸੀਂ ਆ ਕੇ ਖੜ੍ਹੇ ਹਾਂ ਤਾਂ ਉਸ ਚੀਜ਼ ਨੂੰ ਜਿਹੜਾ ਆ ਗਿਆ ਉਹੀ ਭਲਾ ਹੈ ਕੋਈ ਇਹ ਨਹੀਂ ਹੈ ਵੀ ਮੈਂ ਆ ਕੇ ਕੋਈ ਬਹੁਤ ਵੱਡਾ ਕੰਮ ਕਰ ਦਿੱਤਾ ਸਾਡਾ ਫਰਜ਼ ਹੈ ਬਾਈ ਜੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ